hello students welcome back to my class in today's video we'll learn how to use same word as noun verb and adjective so let's start dear students this sheet has been prepared by department of school education for your term one exam so it is most important all of you must revise this study material ਸੋ ਲੈਟਸ ਸਟਾਰਟ ਕੁਐਸਚਨ ਨੰਬਰ 1 ਹੀ ਪਰਚੇਸਡ ਅ ਨਿਊ ਗਨ ਤਾਂ ਆਪਾਂ ਇਸ ਵਿੱਚ ਇਹ ਦੱਸਣਾ ਹੈ ਕਿ ਜਿਹੜਾ ਵਰਡ ਗਨ ਹੈ ਉਹ ਉਹਦਾ ਯੂਜ਼ ਕਿਵੇਂ ਹੋਇਆ ਤਾਂ ਇਹਦਾ ਆਨਸਰ ਹੈ ਨਾਉਨ ਉਹਨੇ ਇੱਕ ਨਵੀਂ ਗਨ ਖਰੀਦੀ ਗਨ ਇੱਥੇ ਇੱਕ ਨਾਉਨ ਦੇ ਤੌਰ ਤੇ ਵਰਤਿਆ ਹੋਇਆ ਹੈ ਨੈਕਸਟ ਹੈ ਇਨ ਵਿਚ ਆਫ ਦਾ ਫਾਲੋਇੰਗ ਸੈਂਟੈਂਸਸ ਦਾ ਵਰਡ ਲਾਈਟ ਇਜ਼ ਯੂਜ਼ਡ ਐਜ਼ ਐਨ ਅਬਜੈਕਟਿਵ ਲਾਈਟ ਵਰਡ ਦਾ ਯੂਜ਼ ਅਬਜੈਕਟਿਵ ਵਜੋਂ ਕਿਹੜੇ ਸੈਂਟੈਂਸ ਵਿੱਚ ਕੀਤਾ ਗਿਆ ਹੈ ਤਾਂ ਆਪਾਂ ਅਗਰੇ ਇਸ ਦੀ ਆਪਸ਼ਨਸ ਦੇਖਦੇ ਆਂ ਪਲੀਜ਼ 스ਵਿਚ ਆਨ ਦਾ ਲਾਈਟ ਇੱਥੇ ਇਹ ਨਾਉਨ ਹੈ ਹੀ ਲਾਈਟਡ ਦਾ ਲੈਂਪ ਇੱਥੇ ਇਹ ਵਰਬ ਹੈ ਤਾਂ ਇਹਦੇ ਵਿੱਚ this cloth is as light as a feather ਤਾਂ ਇਹੀ ਆਪਸ਼ਨ ਆਪਣੀ ਉਹ ਬਿਲਕੁਲ ਰਾਈਟ ਹੈ ਕਿਉਂਕਿ ਲਾਸਟ ਵਿੱਚ ਫਿਰ ਇਹ ਨਾਉਨ ਹੈ ਤਾਂ ਆਪਸ਼ਨ ਇਜ਼ ਸੀ ਨੈਕਸਟ ਹੈ ਕੁਐਸਚਨ ਨੰਬਰ 3 ਸ਼ੀ ਹੈਜ਼ ਬਲੂ ਆਈਜ਼ ਆਪਾਂ ਇਹ ਦੱਸਣਾ ਹੈ ਕਿ ਜਿਹੜਾ ਬਲੂ ਵਰਡ ਇਹਦੇ ਵਿੱਚ ਯੂਜ਼ ਕੀਤਾ ਹੈ ਉਹ ਕੀ ਚੀਜ਼ ਹੈ ਤਪਨਾ ਅਨਸਰ ਹੈ ਐਜੈਕਟਿਵ ਹੈ ਇਹ ਸਾਨੂੰ ਇਹ ਦੱਸ ਰਿਹਾ ਹੈ ਕਿ ਜਿਹੜੀਆਂ ਆਈਜ਼ ਹੈ ਉਹ ਬਲੂ ਕਲਰ ਦੀਆਂ ਹਨ ਉਹਨਾਂ ਦੀ ਸਪੈਸ਼ਲਟੀ ਦੱਸ ਰਿਹਾ ਹੈ ਤਾਂ ਸਾਡੀ ਇਸ ਵਿੱਚ ਜੋ অপਸ਼ਨ ਹੈ that is a C ਨੈਕਸਟ ਇਸ ਗਿਵ ਦਾ ਨਾਉਨ ਫਾਰਮ ਆਫ ਦਾ ਵਰਡ ਅਪਲਾਈ ਅਪਲਾਈ ਵਰਡ ਦਾ ਆਪਰ ਨਾਉਨ ਦੱਸਣਾ ਹੈ ਅਪਲਾਈ ਹੁੰਦਾ ਅਪਲਾਈ ਕਰਨਾ ਵਰਬ ਹੈ ਜਦੋਂ ਆਪ ਇਹਦਾ ਨਾਉਨ ਬਣਾਵਾਂਗੇ ਤਾਂ ਇਹ ਬਣ ਜਾਏਗਾ ਐਪਲੀਕੇਸ਼ਨ B অপਸ਼ਨ five use think as a verb think word ਨੂੰ ਅਸੀਂ ਐਜ਼ ਵਰਬ ਯੂਜ਼ ਕਰਨਾ ਹੈ ਮਤਲਬ ਸੈਂਟੈਂਸ ਵਿੱਚ ਕੋਈ ਹੋਰ ਇਸ ਤੋਂ ਬਿਨਾ ਵਰਬ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਆਪਾਂ অপਸ਼ਨਸ ਦੇਖਦੇ ਹਾਂ ਤੇ ਇਸ ਵਿੱਚ b ਇਹਦਾ ਰਾਈਟ ਆਨਸਰ ਹੈ i think you are busy ਹੋਰ ਕੋਈ ਵੀ ਦੇ ਵਿੱਚ ਵਰਬ ਨਹੀਂ ਹੈ ਨੈਕਸਟ ਹੈ ਹੀ ਪਰਚੇਸਡ a ਨਿਊ ਬਾਈਸਾਈਕਲ ਤਾਂ ਆਪਾਂ ਇਹਦੇ ਸਨੈਕ ਜਿਹੜਾ ਬਾਈਸਾਈਕਲ ਹੈ ਉਹ ਕੀ ਹੈ ਉਹ ਹੈ ਨਾਉਨ ਨਾਉਨ ਕੀ ਹੁੰਦਾ ਜਿਹੜਾ ਕਿਸੇ ਚੀਜ਼ ਦਾ ਨਾਮ ਹੋਵੇ ਆਪਾਂ ਇਸ ਤਰ੍ਹਾਂ ਪੁੱਛ ਸਕਦੇ ਹਾਂ ਉਹਨੇ ਕੀ ਖਰੀਦਿਆ ਤਾਂ ਆਨਸਰ ਮਿਲਦਾ ਹੈ ਬਾਈਸਾਈਕਲ ਤਾਂ ਆਪਣਾ ਵਰਡ ਹੈ ਨਾਉਨ ए ऑप्शन ਯੂਜ਼ ਆਫ ਬੁੱਕ ਐਜ਼ ਅ ਵਰਬ ਇਨ ਦਾ ਸੈਂਟੈਂਸ ਬੁੱਕ ਵਰਡ ਨੂੰ ਆਪਾਂ ਵਰਬ ਦੇ ਤੌਰ ਤੇ ਵਰਤਣਾ ਤਾਂ ਆਪਣੀ ਜਿਹੜੀ ਰਾਈਟ ਆਪਸ਼ਨ ਹੈ ਹੀ ਹੈਜ਼ ਬੁਕਡ ਮਾਈ ਟਿਕਟ ਇਹਦੇ ਵਿੱਚ ਹੀ ਐਜ਼ ਵਰਬ ਹੈ ਹੈਜ਼ ਇੱਥੇ ਹੈਲਪਿੰਗ ਵਰਬ ਲੱਗਿਆ ਹੋਇਆ ਹੈ ਤਾਂ ਜੇ ਆਪਾਂ ਬੀ ਆਪਸ਼ਨ ਦੇਖਦੇ ਹਾਂ ਬੁੱਕ ਇੱਥੇ ਨਾਉਨ ਹੈ ਸੀ ਦੇ ਵਿੱਚ ਵੀ ਨਾਉਨ ਹੈ ਤੇ ਡੀ ਦੇ ਵਿੱਚ ਵੀ ਇਹ ਸਬਜੈਕਟ ਯੂਜ਼ ਹੋਇਆ ਵੈ ਤਾਂ ਸਾਡੀ ਰਾਈਟ ਆਪਸ਼ਨ ਹੈ ਏ ਨੈਕਸਟ ਹੈ ਕੁਐਸਚਨ ਨੰਬਰ 8 ਸ਼ੀ ਕੈਨ ਵਿਨ ਦਾ ਲੱਕੀ ਟਿਕਟ ਆਪਾਂ ਇਹ ਦੱਸਣਾ ਵਿਨ ਵਰਡ ਦਾ ਯੂਜ਼ ਕਿਵੇਂ ਹੋਇਆ ਤਾਂ ਆਪਣਾ ਰਾਈਟ ਆਨਸਰ ਹੈ ਵਰਬ ਅਗਰ ਆਪਾਂ ਇਸ ਵਰਡ ਨੂੰ ਵਿਨ ਨੂੰ ਬਾਹਰ ਕੱਢ ਦਈਏ ਤਾਂ ਸੈਂਟੈਂਸ ਦਾ ਕੋਈ मीनिंग ਹੀ ਨਹੀਂ ਰਹਿ ਜਾਂਦਾ ਤਾਂ ਸਾਡੀ ਜਿਹੜੀ ਆਪਸ਼ਨ ਹੈ ਥੈਟ ਇਜ਼ ਬੀ ਨੈਕਸਟ ਹੈ ਮੋਹਤ ਬਲੂ ਆਪਦਾ ਬੈਲੂਨ ਤਾਂ ਇੱਥੇ ਤੁਸੀਂ ਦੇਖੋ ਵਰਡ ਲੱਗਿਆ ਬਲੂ ਬਲੋ ਬਲੂ ਬਲੂਨ ਤਾਂ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਊਗਾ ਕਿ ਇਟ ਇਜ਼ ਅ ਵਰਬ ਨੈਕਸਟ ਇਜ਼ ਇਨ ਵਿਚ ਆਫ ਦਾ ਫੋਲੋਇੰਗ ਸੈਂਟੈਂਸ ਇਸ ਦਾ ਵਰਡ ਮਿਲਕ ਇਜ਼ ਯੂਜ਼ਡ ਐਜ਼ ਅ ਨਾਉਨ ਮਿਲਕ ਦਾ ਯੂਜ਼ ਐਜ਼ ਨਾਉਨ ਕਿੱਥੇ ਹੋਇਆ ਵੈ ਆਈ ਡਰਿੰਕ ਮਿਲਕ ਏਵਰੀ ਡੇ ਮੈਂ ਹਰ ਰੋਜ਼ ਕੀਪ ਇਨ ਇਥੇ ਡਰਿੰਕ ਵਰਬ ਹੈ ਮਿਲਕ ਇਥੇ ਨਾਉਨ ਹੈ ਤਾਂ ਆਪਣੀ ਰਾਈਟ ਆਪਸ਼ਨ ਏ ਹੈ ਜੇਪ ਬੀ ਤੇ ਸੀ ਨੂੰ ਦੇਖੀਏ ਮਿਲਕਮੈਨ ਇਜ਼ ਮਿਲਕਿੰਗ ਇਥੇ ਵਰਬ ਲੱਗਿਆ ਵੈ he loves milk products products ਕਿਹੜੇ ਪਸੰਦ ਹਨ ਨੂੰ ਮਿਲਕ ਦੇ ਇੱਥੇ ਐਜ਼ ਅਜੈਕਟਿਵ ਹੈ ਯੂ ਕੈਨ ਮਿਲਕ ਦਾ ਕਾਉ ਇੱਥੇ ਵਰਬ ਹੈ ਤਾਂ ਸਾਡੀ ਜੋ ਰਾਈਟ অপਸ਼ਨ ਹੈ ਐਜ਼ ਨਾਉਨ ਦੈਟ ਇਜ਼ a i drink milk every day ਤਾਂ ਡੀਅਰ ਸਟੂਡੈਂਟਸ ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ ਰਿਵਾਈਜ਼ ਦਿਸ ਸ਼ੀਟ ਟੈਲ ਯੂ ਲਰਨ 올 द आन्ਸਰਸ ਥੈਂਕ ਯੂ ਹੈਵ ਅ ਨਾਈਟਸ ਡੇ